ਧੰਨਾ ਲਾਣ ਆਏ ਹੋ ਕਿਹੜੀ ਭੰਡਾਰੀ ਦੇ ਘਰ ਦੇ ਸਾਹਮਣੇ ਕੀ ਕੀ ਤੁਹਾਡਾ ਅੱਗੇ ਦਾ ਪ੍ਰੋਪਗੈਂਡਾ ਤੇ ਹੁਣ ਕੀ ਇੱਥੇ ਮੰਗ ਲੈ ਕੇ ਆਏ ਧਰਨਾ ਤਾਂ ਇਹ ਤਾਂ ਇੱਕ ਇਹਨੂੰ ਟੇਲਰ ਦਿਖਾਲਣ ਆਏ ਸੀਗੇ ਬਈ ਮਤ ਸੋਚੀ ਭੰਡਾਰੀ ਅਸੀਂ ਦਿੱਲੀ ਚ ਬੈਠੇ ਆ ਤੁਸੀਂ ਬੀਜੇਪੀ ਦੇ ਚਮਚੇ ਆ ਤੁਸੀਂ ਬੀਜੇਪੀ ਦੇ ਟੁਕੜਿਆਂ ਤੇ ਬੋਲਦੇ ਆ ਅਸੀਂ ਆਪਣੇ ਹੱਕਾਂ ਲਈ ਬੋਲ ਰਹੇ ਆ ਇਸ ਕਰਕੇ ਤੁਸੀਂ ਟੀਵੀ ਚੈਨਲਾਂ ਦੇ ਵੇਖ ਕੇ ਸਾਡੇ ਖਿਲਾਫ ਬੋਲਦੇ ਆ ਅਸੀਂ ਇਹ ਕਦੀ ਵੀ ਸਹਿਣ ਨਹੀਂ ਕਰਾਂਗੇ ਅਜ ਦਾ ਸਾਡੇ ਦਾ ਇੰਨਾ ਜੋਸ਼ ਆ ਸਾਡੇ ਘਰ ਵਿੱਚ ਟੀਵੀ ਚੱਲਦਾ ਹੋਵੇ ਅਸੀਂ ਤੁਹਾਡੀ ਸ਼ਕਲ ਦੇਖਣ ਨੂੰ ਤਿਆਰ ਨਹੀਂ ਅਜ ਦਾ ਟੀਵੀ ਭੰਨਣ ਤੱਕ ਜਾਈਦਾ ਬਈ ਇਹਨਾਂ ਲੋਕਾਂ ਨੇ ਜਿਹਨਾਂ ਲੋਕਾਂ ਨੇ ਸਾਡਾ ਭੈਣ ਚੋ ਭਵਿੱਖ ਖਰਾਬ ਕਰਤਾ ਸਾਡੇ ਖਿਲਾਫ ਕਾਲੇ ਕਾਨੂੰਨ ਲਿਆ ਕੇ ਇਹਨਾਂ ਨੂੰ ਚਾਹੀਦਾ ਸੀਗਾ ਜੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਦਸ ਦਸ ਵੋਟਾਂ ਨੇ ਇਹਨਾਂ ਨੂੰ ਪੈਣੀਆਂ ਇਸ ਬੰਦੇ ਨੂੰ ਏਡਾ ਵੱਡਾ ਮਾਣ ਦੇ ਕੇ ਜਲੰਧਰ ਦੇ ਲੋਕਾਂ ਨੇ ਜਲੰਧਰ ਸ਼ਹਿਰ ਦੇ ਲੋਕਾਂ ਨੇ ਦੋ ਵਾਰੀ ਇਹਨੂੰ MLA ਬਣਾਇਆ ਪਰ ਅੱਜ ਸਾਡੇ ਖਿਲਾਫ ਟੀਵੀ ਚੈਨਲ ਤੇ ਬਹਿ ਕੇ ਬੋਲਦਾ ਆ ਮੈਂ ਕਹਿੰਦਾ ਲੜਦੇ ਇਹੋ ਜਿਹੇ ਬੰਦੇ ਦੇ ਇਹਨੂੰ ਮਰ ਜਾਣਾ ਚਾਹੀਦਾ ਸ਼ਰਮ ਦੇ ਨਾਲ ਡੁੱਬ ਕੇ।